ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਪਵੰਸਿਆ, ਜੇ ਤੇਰਾ ਹਲੇ ਭਾਨੇ ਨੂੰ ਕਟਾ ਕੇ ਬਰਫ਼ ਦੀਆਂ ਸਿੱਲੀਆਂ ਤੇ ਲਟਾ ਕੇ ਪਾਣੀ 'ਚ ਡੁਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ ਬੁਝੀ, ਹਲੇ ਤੇਰੇ ਅੰਦਰ ਤੜਫ ਹੈਗੀ ਆ, ਜੇ ਕੋਈ ਕਸਰ ਰਹਿ ਗਈ ਆ ਵੀ ਭਾਨੇ ਦਾ ਘੱਟ ਹੋਈ ਆ, ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ, ਤਾਂ ਭਾਈ ਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਅਮਨਾ, ਅੱਜ ਜਿਹੜਾ ਮੁਕੱਦਮਾ ਮੁਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ, ਜੇਲ੍ਹ ਛੱਡਣ ਤੋਂ ਬਾਅਦ ਨਾ ਜੇਲ੍ਹ ਤੋਂ ਪਹਿਲਾਂ ਹੀ ਜੇਲ੍ਹ ਦੇ ਬਾਹਰ 'ਚ ਹੀ ਉੱਥੋਂ ਰਿਮਾਂਡ ਜਿਹੜਾ ਲੈ ਕੇ ਮੁਹਾਲੀ ਜਿਹੜਾ ਲਿਜਾਇਆ ਗਿਆ ਤੇ ਹੁਣੇ ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਆ ਕਿ CI ਸਟਾਫ ਦੇ ਵਿੱਚ ਭਾਨੇ ਨੂੰ ਅੱਜ ਰਾਤ ਨੂੰ ਲੈ ਗਏ ਆ। ਠੀਕ ਆ, ਉਹਦੇ ਨਾਲ ਜੋ ਕਰ ਰਿਹਾ ਕਰ ਰਿਹਾ, ਜੋ ਤਸ਼ੱਦਦ ਢਾ ਰਿਹਾ, ਜੋ ਜਲੀਲ ਕਰ ਰਿਹਾ, ਜੋ ਜਿਸ ਤਰੀਕੇ ਨਾਲ ਕੁਚਲ ਰਿਹਾ ਤੂੰ ਭਾਨੇ ਨੂੰ, ਜਿਸ ਤਰੀਕੇ ਨਾਲ ਤੇਰੇ ਹੰਕਾਰ ਤੈਨੂੰ ਸੱਤਾ ਦਾ ਇੰਨਾ ਹੋ ਗਿਆ, ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤੇਰਾ ਪੱਧਰ ਨਹੀਂ ਆ, ਇਹ ਮੁੱਖ ਮੰਤਰੀ ਦੇ ਪੱਧਰ ਨਹੀਂ ਹੁੰਦੇ, ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ। ਜਿਉਂ ਜਿਉਂ ਵੱਡਾ ਹੁੰਦਾ ਤੁਰਿਆ ਜਾਂਦਾ ਬੰਦਾ ਕੋਈ ਸਨਮਾਨਯੋਗ ਅਹੁਦੇ ਤੇ ਪਹੁੰਚ ਜਾਂਦਾ, ਉਵੇਂ ਉਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਆ, ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਦੋਂ ਆਪਾਂ ਚੱਲਦੇ ਹਾਂ, ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ, ਬਹੁਤ ਬੰਦਿਆਂ ਨਾਲ ਸਾਡੀਆਂ ਗਰਾਰੀਆਂ ਹੁੰਦੀਆਂ ਨੇ, ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ, ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤੈਨੂੰ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਕਰੋੜਾਂ ਲੋਕਾਂ ਨੇ ਚੁਣਿਆ, 92 ਬੰਦੇ ਜਿਤਾ ਕੇ ਚੁਣਿਆ, ਪਰ ਤੂੰ ਇਸ ਪੱਧਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ। ਅੱਜ ਤੂੰ ਜਿਹੜਾ ਮੁਹਾਲੀ ਪਰਚਾ ਦਵਾਇਆ, ਚੌਥਾ ਪਰਚਾ ਭਾਨੇ ਤੇ ਹੋਇਆ, ਪਹਿਲਾਂ ਲੁਧਿਆਣੇ, ਦੂਜਾ ਪਟਿਆਲੇ, ਤੀਜਾ ਹੋਰ ਤੇ ਅੱਜ ਚੌਥਾ ਮੁਹਾਲੀ ਜਿਹੜਾ ਉਹਨੂੰ ਲੈ ਗਏ ਆ ਰਿਮਾਂਡ ਤੇ CI ਦੇ ਵਿੱਚ, ਤੇ ਰਾਤ ਨੂੰ ਜੋ ਕੁਛ ਨਾ ਹੋਣਾ CI ਦੇ ਵਿੱਚ ਜਾਂ ਪਹਿਲਾਂ ਲੁਧਿਆਣੇ ਹੋਇਆ ਉਹ ਕਿਸੇ ਤੋਂ ਭੁੱਲਿਆ ਨਹੀਂ ਆ। ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾਣਾ ਆਪਣੀਆਂ ਪੁਲਿਸ ਦੀਆਂ, ਕਰ ਦੇ ਫੋਨ ਹੁਣੇ DGP ਨੂੰ, ਲਾ ਦੇ ਡਿਊਟੀਆਂ ਪੁਲਿਸ ਦੀਆਂ ਵੀ ਘੇਰ ਲਓ ਕੋਟ ਦੁਨਾ ਪਿੰਡ, ਤੇ ਅਮਨਾ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ, ਚੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰ ਦੇ। ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ, ਹੁਣ ਇੱਕ ਇਹਨਾਂ ਦੀ ਦਾਦੀ ਆ ਵਿਚਾਰੀ 95-97 ਸਾਲ ਦੀ ਉਮਰ ਹੈ, ਹੁਣ ਉਹ ਵੀ ਕਸਰ ਪੂਰੀ ਕਰ ਦੇ, ਉਹਤੇ ਵੀ ਕੋਈ ਮੁਕੱਦਮਾ ਦੇ ਦੇ। ਇਹਦੀਆਂ ਭੈਣਾਂ ਨੇ ਦੋ ਭਾਨੇ ਦੀਆਂ ਸਾਡੀਆਂ, ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕੱਦਮਾ ਦਰਜ ਕਰ ਦੇ, ਬਾਪੂ ਆ ਬਜ਼ੁਰਗ ਉਹਤੇ ਵੀ ਕਰ ਦੇ। ਹੁਣ ਮਿਟਾ ਦੇ ਸ਼ੱਕਾਂ, ਐ ਕਸਰਾਂ ਕੱਢ ਦੇ ਪੂਰੀਆਂ, ਮਨ ਦੀ ਰੀਝ ਪੂਰੀ ਕਰ ਲੈ, ਰਹਿ ਨਾ ਜਾਵੇ ਦਿਲ ਚ ਕੋਈ ਵੀ ਬੰਦਾ ਯਾਰ ਆਹ ਰਹਿ ਗਿਆ ਸੀ ਉਦੋਂ, ਆਹ ਰਹਿ ਗਿਆ ਸੀ, ਆਹ ਰਗੜਨਾ ਸੀ, ਆਹ ਮਸਲਣਾ ਸੀ। ਸੋ ਜਿੰਨੇ ਬੰਦੇ ਆ ਰਗੜ ਦੇ ਮਸਲ ਦੇ ਹੁਣ, ਪਰ ਇੱਕ ਗੱਲ ਚੇਤੇ ਰੱਖੀ,
ਐਡੀ ਉੱਚੀ ਨਾ ਕੰਧ ਕਰ ਨਫ਼ਰਤ ਦੀ, ਐਡੀਆਂ ਉੱਚੀਆਂ ਕੰਧਾਂ ਨਾ ਕਰ ਨਫ਼ਰਤ ਦੀਆਂ ਕਿ ਆਪਦੇ ਵਾਰੀ ਇਹ ਨਫ਼ਰਤ ਦੀਆਂ ਕੰਧਾਂ ਟੱਪਣੀਆਂ ਔਖੀਆਂ ਹੋ ਜਾਣ। ਠੀਕ ਆ, ਜੇ ਤੇਰੇ ਕੋਲ ਤੰਤਰ ਹੈ, ਤੇਰੇ ਕੋਲ ਪੁਲਿਸ ਹੈ, ਤੂੰ ਪਾਵਰ ਚ ਹੈ, ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਹੈ ਸਭ ਸਿਰ ਮੱਥੇ ਮੰਨਦੇ ਆ ਉਹਨੂੰ। ਪਰ ਇਹ ਪਾਵਰਾਂ ਇਹ ਤਾਕਤਾਂ ਆ ਜਿਹੜੀ ਅੱਜ ਪੁਲਿਸ ਤੇਰੇ ਆਖੇ ਲੱਗ ਕੇ ਛੱਦ ਢਾ ਰਹੀ ਆ, ਸਾਡੇ ਵਰਗਿਆਂ ਦੇ ਪਰਚੇ ਕਰ ਰਹੀ ਆ, ਜ਼ੁਲਮ ਕਰ ਰਹੀ ਹੈ, ਕੱਲ ਨੂੰ ਜਿਹਦੀ ਸਰਕਾਰ ਆ ਗਈ ਉਹਦੀ ਹੋਣੀ ਹੈ, ਜਿਹੜਾ ਕੁਰਸੀ ਤੇ ਬੈਠਾ ਹੋਇਆ ਉਹਦੀ ਹੋਣੀ ਹੈ। ਇਹ ਜਿਹੜੇ ਇੱਥੇ ਪਹਿਲਾਂ ਕੁਰਸੀਆਂ ਤੇ ਬੈਠੇ ਸੀ ਇਹ ਉਹਨਾਂ ਦੀਆਂ ਸੀ, ਇਹ ਉਹਨਾਂ ਦੀ ਸੀ। ਪਰ ਜੋ ਤੂੰ ਕਰ ਰਿਹਾ ਬਹੁਤ ਗਲਤ ਕਰ ਰਿਹਾ, ਬਹੁਤ ਜ਼ਿਆਦਾ ਗਲਤ ਕਰ ਰਿਹਾ। ਕੀ ਪੰਜਾਬ ਦੇ ਲੋਕੋ, ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਅੱਤਵਾਦੀ ਹੈ ਕਿ ਉਹਨੂੰ ਬਰਫ਼ ਦੀਆਂ ਸਿੱਲੀਆਂ ਤੇ ਲਟਾਇਆ ਜਾ ਰਿਹਾ, ਉਹਦੇ ਨੱਕ ਦੇ ਵਿੱਚ ਪਾਣੀ ਪਾਇਆ ਜਾ ਰਿਹਾ, ਉਹਦੀਆਂ ਵੀਡੀਓ ਨੰਗੇ ਦੀਆਂ ਕਰਕੇ ਬਣਾਈਆਂ ਜਾ ਰਹੀਆਂ ਹੈ ਮੁੱਖ ਮੰਤਰੀ ਨੂੰ ਦਿਖਾਉਣ ਦੀ ਖਾਤਰ? ਇਹ ਬਦਲਾ ਯਾਰ, ਇਹ ਬਦਲਾ ਸੀ। ਇਸ ਕਰਕੇ ਤੈਨੂੰ ਇੰਨਾ ਲੋਕਾਂ ਨੇ ਵੋਟਾਂ ਪਾਈਆਂ, ਇੰਨੀ ਬਦਲਾਖੋਰੀ ਦੀ ਰਾਜਨੀਤੀ ਤੇ ਤੂੰ ਆਏਗਾ, ਐਸ ਤਰੀਕੇ ਦਾ ਤੂੰ ਉਤਰੇਗਾ, ਜਮਾ ਹੀ ਮਸਲ ਦੇਣ ਲਈ, ਕੁੱਟਣ ਲਈ ਤੂੰ ਉਤਰੇਗਾ, ਇਹ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਬੰਦੇ ਨੇ। ਪਰ 92 ਜਿਹੜੇ 91 90 ਜਿਹੜੇ ਦੂਜੇ ਰਹਿ ਗਏ, ਉਹਨਾਂ ਚੋਂ ਸਾਰਿਆਂ ਦੀਆਂ ਹੀ ਜ਼ਮੀਰਾਂ ਮਰ ਚੁੱਕੀਆਂ। ਕਿਸੇ ਬੰਦੇ ਨੇ ਕੋਈ ਹਰਾ ਨਰਾ ਨਹੀਂ ਮਾਰਿਆ, ਹਰਾ ਨਰਾ ਦਾ ਕੀ ਮਾਰਨਾ, ਸਭ ਮਿੱਟੀ ਦੇ ਮਾਧੋ ਆ, ਜੋ ਇਹ ਕਹਿੰਦੇ ਆ ਉਹ ਪਾਰ ਹੈ। ਪਰ ਮੈਂ ਧੰਨਵਾਦ ਕਰਦਾ ਇੱਥੇ ਉਹਨਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ, ਬਰਨਾਲਿਓ ਮੁੰਡਾ ਜੋਤ ਵੜਿੰਗ, ਰਾਜੂ ਦਾ ਮੁੰਡਾ ਸਾਧੂ ਵਾਲੇ ਤੋਂ, ਹੋਰ ਵੀ ਕਈ ਨੌਜਵਾਨ ਹੈ ਜਿਨ੍ਹਾਂ ਨੇ ਲਿਖ ਕੇ ਵੀ ਪਾਇਆ, ਬੋਲ ਕੇ ਵੀ ਪਾਇਆ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਅਸੀਂ ਇਸ ਪੱਖ ਦੇ ਉੱਤੇ ਭਾਨੇ ਸਿੱਧੂ ਦੇ ਨਾਲ ਹਾਂ, ਉਹਨਾਂ ਦਾ ਧੰਨਵਾਦ। ਹਾਲੇ ਵੀ ਉਹਨਾਂ ਦੇ ਅੰਦਰ ਜ਼ਮੀਰ ਜਾਗਦੀ ਆ, ਪਰ ਜਿਹੜੇ ਹਾਲੇ ਵੀ ਚੁੱਪ ਨੇ, ਹਾਲੇ ਵੀ ਲੱਗਦਾ ਉਹ ਤੁਸੀਂ ਆਪੇ ਹਿਸਾਬ ਲਾ ਲਓ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਸਾਡੀ ਕੋਈ ਭਗਵੰਤ ਸਿੰਘ ਮਾਨ ਨਾਲ ਨਿੱਜੀ ਲੜਾਈ ਨਹੀਂ ਆ, ਕੋਈ ਨਿੱਜੀ ਅਸੀਂ ਖਾਲ ਵੱਟ ਦਾ ਕਿਸੇ ਜ਼ਮੀਨ ਜਾਇਦਾਦ ਦਾ ਰੌਲਾ ਨਹੀਂ ਆ। ਸਾਡਾ ਰੌਲਾ ਸਿਰਫ ਇੰਨਾ ਹੈ ਕਿ ਉਹ ਪੰਜਾਬ ਲਈ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ, ਅਸੀਂ ਉਹਦਾ ਵਿਰੋਧ ਕਰਦੇ ਹਾਂ, ਅਸੀਂ ਉਹਨੂੰ ਸਵਾਲ ਕਰਦੇ ਹਾਂ, ਸਵਾਲ ਸਿਰਫ ਇੰਨਾ। ਇਹ ਸਵਾਲ ਭਾਂਸਿਆਂ ਅਸੀਂ ਰਹਿਣੇ ਆ, ਅਸੀਂ ਰਹਿਣੇ ਆ। ਠੀਕ ਆ, ਤੂੰ ਜ਼ੁਲਮ ਕਰਾਏਗਾ, ਸਾਨੂੰ ਪਤਾ, ਸਭ ਤੇ ਕਰਾਏਗਾ, ਕਰਾ, ਰੱਜ ਕੇ ਕਰਾ, ਕਸਰਾਂ ਨਾ ਰਹਿ ਜਾਣ ਕੋਈ, ਕੱਢ ਦੇ ਪੂਰੀਆਂ ਕਰ ਦੇ। ਪਰ ਇਹ ਆਵਾਜ਼ ਜਿਉਂਦੇ ਜੀ ਨਹੀਂ ਬੰਦ ਕਰ ਸਕਦਾ, ਇਹ ਤਾਂ ਪੰਜਾਬ ਦੇ ਹੱਕ ਚ ਅਸੀਂ ਬੋਲੂਗੀ, ਇਹ ਪੰਜਾਬ ਦੇ ਹੱਕ ਚ ਆਵਾਜ਼ ਅਸੀਂ ਗੂੰਜੂਗੀ। ਮੈਂ ਧੰਨਵਾਦ ਕਰਦਾ ਅੱਜ ਪੰਜਾਬ ਦੇ ਕੋਨੇ ਕੋਨੇ ਤੋਂ, ਰਾਜਸਥਾਨ ਤੋਂ, ਹਰਿਆਣੇ ਤੋਂ, ਦਿੱਲੀ ਤੋਂ, ਬਹੁਤ ਦੂਰ ਦਰੇਡਿਓ ਸਾਡੇ ਨੌਜਵਾਨ ਭਰਾ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ, ਇੱਥੋਂ ਤੱਕ ਲੁਧਿਆਣੇ ਤੋਂ ਵਿਚਾਰੇ ਇੱਕ ਅੰਗਹੀਣ ਬੱਚੇ ਆਏ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਖਦਾ ਸੀ, ਉਹ ਵੀ ਇੱਥੇ ਆਏ ਆ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਉਹਨਾਂ ਨੇ ਵੀ ਭਾਨੇ ਦਾ ਕੋਈ ਕੰਮ ਕਰਾਇਆ ਸੀਗਾ, ਉਹ ਵੀ ਵਿਚਾਰੇ ਇੱਥੇ ਆ ਕੇ ਇੰਨੀ ਠੰਡ 'ਚ, ਆ ਹੁਣੀ ਗਏ ਆ ਹਲੇ ਘੰਟਾ ਦੋ ਘੰਟੇ ਪਹਿਲਾਂ। ਤੁਸੀਂ ਇੰਨਾ ਸਾਥ ਦਿੱਤਾ, ਤੁਹਾਨੂੰ ਦਿਲੋਂ ਬਾਈ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਜਿੰਨੇ ਵੀ ਆਏ ਹੋ, ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਆ ਚੱਲ ਕੇ ਆਇਆਂ ਦਾ। ਸੋ ਅਪੀਲ ਆ, ਅਗਲਾ ਪ੍ਰੋਗਰਾਮ ਆਪਾਂ 5 ਨੂੰ ਆ, ਮੈਂ ਫੇਰ ਕਹਿਣਾ ਜਾਪਤੇ 'ਚ ਰਹਿ ਕੇ
ਸ਼ਾਂਤਮਈ ਤਰੀਕੇ ਦੇ ਨਾਲ, ਕਿਉਂਕਿ ਇਹਨਾਂ ਨੇ ਸਾਰੀ ਗੱਲ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕਰਨੀ ਹੈ, ਇਹਨਾਂ ਨੇ ਭੜਕਾਉਣਾ, ਇਹਨਾਂ ਨੇ ਅਕਸਾਉਣਾ, ਇਹਨਾਂ ਨੂੰ ਆਇਆ ਵੀ ਜਿਹੜਾ ਸ਼ਾਂਤਮਈ ਸਿੰਘਾਸਨ ਦਾ ਉਹ ਜਿੱਤਿਆ ਜਾਂਦਾ। ਆਪਾਂ ਨੂੰ ਪਤਾ ਆਪਾਂ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾਪਦੇ ਰਹਿ ਕੇ ਜਿੱਤ ਕੇ ਆਏ ਹਾਂ, ਪਰ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਅਲਝਾ ਦਿਓ, ਨੌਜਵਾਨੀ ਹੁੰਦੀ ਹੈ ਛੇਤੀ ਖੂਨ ਗਰਮ ਹੁੰਦਾ, ਆਪਾਂ ਛੇਤੀ ਛੇਤੀ ਭੜਕਾਹਟ ਚ ਆਉਂਦੇ ਹਾਂ, ਉਧਰ ਨੂੰ ਨੀ ਮੇਰਾ ਵੀਰ ਜਾਣਾ। ਬਹੁਤ ਢੰਗ ਤਰੀਕੇ ਹਥਕੰਡੇ ਅਪਣਾਉਣਗੇ, ਪਰ ਆਪਾਂ ਜਾਪਦੇ ਰਹਿਣਾ, ਸ਼ਾਂਤਮਈ ਰਹਿਣਾ, ਉਕਸਾ ਕੇ, ਕਿਉਂਕਿ ਨੁਕਸਾਨ ਪੰਜਾਬ ਦਾ ਪਹਿਲਾਂ ਬਹੁਤ ਹੋਇਆ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਾਡੇ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਕਿਸੇ ਸਿਸਟਮ ਚ ਫਸਣ, ਚਾਹੇ ਇਹਨਾਂ ਨੂੰ ਅਲਝਾਉਣ, ਇਹ ਕਿਉਂਕਿ ਤਿਆਰੀ ਕਰੀ ਬੈਠੇ ਆ, ਇਹਨਾਂ ਨੇ ਤੁਹਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰੀ ਬੈਠੇ ਆ। ਸੋ ਇਸ ਕਰਕੇ ਬੇਨਤੀ ਆ ਬਈ ਸਾਰਿਆਂ ਨੂੰ ਕਿ ਤੁਸੀਂ ਬਹੁਤ ਵੱਡਾ ਸਾਥ ਦਿੱਤਾ, ਕੋਈ ਅਵਨੇ ਕੋਈ ਗੱਲ, ਕੋਈ ਤੂੰ ਦੋ ਗੱਲਾਂ ਆਪਣੇ ਤਰਫੋਂ ਰੱਖ ਲੈ। ਨਹੀਂ ਬਸ ਬਾਈ ਇਹੀ ਹੈ ਜਿਹੜਾ ਉੱਚੀ ਬੋਲ ਵਾਲੇ ਆ, ਬਸ ਇਹੀ ਹੈ ਜੋ ਬਾਈ ਨੇ ਦੱਸਿਆ। 5 ਤਰੀਕ ਦੀ ਕਾਲ ਹੈ, ਬਸ ਉਦਣ ਸਾਰੇ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ, ਜਥੇਬੰਦੀਆਂ ਵਾਲੇ ਜਿਵੇਂ ਜਾਪਦਾ ਰੱਖਦੇ, ਆਪਾਂ ਉਵੇਂ ਹੀ ਜਾਪਦਾ ਰੱਖ ਕੇ ਚੱਲਣਾ। ਬਸ ਦੇਖੋ ਇਹ ਬੰਦੇ ਨੇ ਤੁਸੀਂ ਕਦੇ ਦੇਖਿਆ ਨਹੀਂ ਹੋਣਾ, ਇਹ ਫਿਲਮਾਂ ਫਿਲਮਾਂ ਬਣਾਉਂਦਾ ਆਪਣੇ ਨਾਲ, ਦੂਜੇ ਨਾਲ, ਭਾਨੇ ਨਾਲ ਤੇ ਹਾਸੇ ਮਖੌਲ ਵਾਲੀਆਂ। ਇਹਨੇ ਕਿਸੇ ਏਜੰਟ ਨੂੰ ਫੋਨ ਨਹੀਂ ਕੀਤਾ, ਲੈਣਾ ਨੀ ਦੇਣਾ ਨੀ, ਚੱਕ ਕੇ ਅੱਜ ਨਵੇਂ ਭਰਤੇ ਚ ਇਹ ਵੀ ਪਾਤਾ, ਕਿਉਂ ਮਗਰ ਘਰੇ ਕੋਈ ਰਹਿਣ ਨਾ ਦਿਓ। ਇਹ ਆਪਾਂ ਪਹਿਲਾਂ 80-90 ਦੌਰ ਸੁਣਦੇ ਰਹੇ ਹਾਂ, ਇੱਕ ਦੇ ਪਰਚਾ, ਫਿਰ ਦੂਜੇ ਤੇ, ਫਿਰ ਸਾਰੇ ਪਰਿਵਾਰ ਤੇ, ਫਿਰ ਸਾਰੇ ਚੱਕ ਲਏ, ਫਿਰ ਉਹ ਜੱਦੇ ਮਾਰਤੇ ਖਪਾ ਤੇ। ਇਹ ਸਾਰਾ ਸਿਸਟਮ ਜਿਹੜਾ ਚੱਲਦਾ ਰਿਹਾ 80-90 ਦੇ ਦਹਾਕੇ ਦੇ ਵਿੱਚ ਵੀ, ਉਹ ਆਪਾਂ ਅੱਜ ਕਿਵੇਂ ਪਹਿਲਾਂ ਭਾਂਡੇ ਨੂੰ, ਭਾਂਡੇ ਦੇ ਭਰਾ ਨੂੰ, ਉਦੋਂ ਅੱਗੇ ਹੋਰ ਸਾਰੇ ਬੰਦਿਆਂ ਨੂੰ ਲਪੇਟੀ ਤੁਰਿਆ। ਇਸ ਲਈ ਬਈ ਬੇਨਤੀ ਆ ਸਾਰਿਆਂ ਨੂੰ, ਧੰਨਵਾਦ ਸਾਰਿਆਂ ਦਾ ਕਿ ਤੁਸੀਂ ਵੱਡੀ ਗਿਣਤੀ ਚ ਆਏ ਹੋ, ਬਹੁਤ ਸਾਥ ਦਿੱਤਾ ਅੱਜ ਤੁਸੀਂ, ਇੰਨੀ ਠੰਡ ਚ, ਇੰਨੀ ਧੁੰਦ ਸੀਗੀ, ਪਰ ਤੁਸੀਂ ਕਮਾਲ ਕਰਤੀ, ਜਮਾ ਐਨ ਅਖੀਰ ਤੱਕ ਸਾਰੇ ਬੁਲਾਰਿਆਂ ਨੂੰ ਬੋਲ ਕੇ ਜਦੋਂ ਉਹ ਗਏ ਆ ਉਦੋਂ ਸੁਣ ਕੇ ਗਏ ਹੋ। ਕਈ ਭਰਾ ਰਹਿ ਵੀ ਗਏ, ਕਈਆਂ ਤੋਂ ਕਈ ਬੁਲਾਏ ਵੀ ਨਹੀਂ ਗਏ, ਉਹਨਾਂ ਦਾ ਨਾਂ ਵੀ ਅਸੀਂ ਲੈਤਾ ਸੀ, ਕਿਉਂਕਿ ਉਦੋਂ ਆਥਣੇ ਪਰ ਧੁੰਦ ਡਿੱਗਣ ਲੱਗ ਗਈ ਸੀ, ਸਾਨੂੰ ਆਇਆ ਸੀ ਭਾਈ ਜਾਣਾ, ਦੂਰ ਦਰੇਡੋਂ ਬਹੁਤ ਆਏ ਸੀ, ਕਈ ਤਾਂ ਅੰਮ੍ਰਿਤਸਰ ਤੋਂ ਆਏ ਆ, ਜਲੰਧਰ ਤੋਂ ਆਏ, ਫਤਿਹਗੜ੍ਹ ਸਾਹਿਬ ਤੋਂ ਆਏ, ਇੱਥੇ ਰਹਿ ਪਏ ਧੁੰਦ ਕਰਕੇ, ਸਾਡੇ ਕੋਲ ਹੀ ਰਹਿ ਪਏ ਘਰੇ, ਇੱਥੇ ਪਿੰਡ, ਕਈ ਨੌਜਵਾਨ ਪਹੁੰਚ ਵੀ ਨਹੀਂ ਸਕੇ, ਕਈ ਨੌਜਵਾਨ ਵਿਚਾਰੇ ਨੂੰ ਅੱਧ ਚ ਹੀ ਮੋੜਤਾ, ਡਰਾਇਆ ਬਹੁਤ ਗਿਆ, ਰਾਤ ਹੀ ਬਹੁਤ ਫੋਨ ਕੀਤੇ ਸੱਚੋਆਂ ਨੇ, ਆ ਮੂਨਕ ਵਾਲਾ ਸੱਚੋ ਆ, ਉਹ ਸਾਡੇ ਮਿੱਤਰਾਂ ਨੂੰ ਫੋਨ ਕਰੀ ਜਾਂਦਾ ਸੀ, ਇੱਧਰ ਇੱਕ ਮੁੰਡੇ ਸੀਗੇ ਗੱਗੜਪੁਰ ਤੋਂ, ਉਹਨਾਂ ਨੂੰ ਫੋਨ ਆਇਆ ਆਪਣੇ ਕਰਾਚੋ ਤੋਂ, ਆਪਣੇ ਭਵੰਤ ਦੇ ਪੀਏ ਦਾ, ਕਹਿੰਦਾ ਜੀ ਤੁਸੀਂ ਉੱਥੇ ਜਾਣਾ ਨੀ, ਉਹ ਕਹਿੰਦੇ ਆ ਚੱਕ ਤਰਾਜੀ ਕਾਟਾ ਪਾੜਤਾ, ਸਾਡੇ ਨਾਲ ਅੱਜ ਤੋਂ ਬਾਅਦ ਕਲਾਮ ਨਾ ਕਰੋ, ਤੁਸੀਂ ਜੋ ਜਨਮ ਕਰਦੇ ਆ। ਬਿਲਕੁਲ ਯਾਰ, ਅੱਜ ਤੁਸੀਂ ਸਾਥ ਦਿੱਤਾ ਬਾਈ, ਮੈਂ ਤੁਹਾਡਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਅੰਨੀ ਭਗਤੀ ਚੋਂ ਨਿਕਲ ਕੇ ਅੱਖਾਂ ਤੋਂ ਪੱਟੀ ਲਾ ਕੇ ਸਹੀ ਤੇ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਿਆ। ਇਸ ਲਈ ਤੁਹਾਡਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਸੀਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇਸ ਪੱਖ ਦੇ ਉੱਤੇ ਹੱਕ ਤੇ ਸੱਚ ਦੀ ਆਵਾਜ਼ ਦੇ ਨਾਲ ਖੜੇ ਹੋ, ਜ਼ੁਲਮ ਦੇ ਖਿਲਾਫ਼ ਖੜੇ ਹੋ। ਪਰ ਇਹ ਜ਼ੁਲਮ ਇਹਦੀ ਜੜ ਪੱਟਣੀ ਆ ਸੰਦੂਰ ਵਾਲਿਓ, ਮੈਂ ਅੱਜ ਦਿਨੇ ਸਟੇਜ ਤੋਂ ਵੀ ਕਿਹਾ ਸੀ, ਇਹ ਜ਼ੁਲਮ ਦੀ ਜੜ, ਇਹ ਜਿਹੜੀ ਰਾਜਧਾਨੀ ਕਹਿੰਦੇ ਸਾਡੀ ਰਾਜਧਾਨੀ ਆ ਸੰਦੂਰ, ਕੋਈ ਹਿਲਾ ਨਹੀਂ ਸਕਦਾ, ਹਿਲਾ ਨਹੀਂ ਸਕਦਾ, ਉਹ ਰਾਜਧਾਨੀ ਤੁਸੀਂ ਜਿਮਣੀ ਚੋਣ ਚ ਵੀ ਪੱਟ ਕੇ ਦਿਖਾਤੀ, ਤੇ ਇਹ ਜ਼ਾਲਮ ਸਰਕਾਰ ਦੀਆਂ ਜੜਾਂ ਅੱਜ 24 ਦੀ ਚੋਣ ਚ ਤੁਸੀਂ ਪੱਟਣੀਆਂ ਹੀ ਪੱਟਣੀਆਂ,
ਜੇ ਆਪਾਂ ਨਾ ਪੱਟ ਸਕੇ ਜਣਾ ਤਾਂ ਫਿਰ ਯਾਦ ਰੱਖਿਓ ਜ਼ੁਲਮ ਇਹ ਤਸੀਹੇ ਤਸ਼ੱਦਦ ਇਹ ਏਦੋਂ ਵੀ ਜ਼ਿਆਦੇ ਜ਼ਬਰਦਸਤ ਤਰੀਕੇ ਨਾਲ ਆਉਣਗੇ ਕਿਉਂਕਿ ਇਹਨੂੰ ਲੱਗੂਗਾ ਵੀ ਅਸੀਂ ਅੱਗੇ ਸਾਡਾ ਹੀ ਕਰਤਾ ਅੱਗੇ ਜਲੰਧਰ ਇਹ ਜੀਵਨੀ ਚੋਣ ਜਿੱਤ ਗਈ ਸੀ ਉਦੋਂ ਹੰਕਾਰ ਵਧਿਆ ਪਰ ਜੇ ਦੁਬਾਰਾ 24 ਤੇ ਜਿੱਤ ਕੇ ਮੇਰੀ ਗੱਲ ਯਾਦ ਰੱਖਿਓ ਤਾਂ ਇਹ ਵੱਡੇ ਪੱਧਰ ਤੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪੈਣਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋ ਹੀ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ ਮੀਡੀਆ ਰਾਹੀਂ ਆਪਣੇ ਆਈਟੀ ਸੈੱਲ ਰਾਹੀਂ ਇਹ ਬਕਾਊ ਆ ਜੀ ਇਹ ਧਰਨਿਆਂ ਤੇ ਬਹਿ ਜਾਂਦੇ ਆ ਜੀ ਇਹਨਾਂ ਨੂੰ ਤਾਂ ਬੰਦੇ ਨਹੀਂ ਵਿਛਾਉਣੇ ਜੀ ਇਹ ਜਗ੍ਹਾ ਦੇਖ ਕੇ ਬਹਿ ਜਾਂਦੇ ਭਵੰਤ ਕਹਿੰਦਾ ਵਜ੍ਹਾ ਨਹੀਂ ਦੇਖਦੇ ਇਹ ਲਗਾਤਾਰ ਇਹ ਫੰਡ ਇਕੱਠਾ ਕਰਨ ਦੇ ਬਾਰੇ ਤੁਰ ਪੈਂਦੇ ਧਰਨਿਆਂ ਨੂੰ ਕਿਉਂਕਿ ਜੇ ਜਥੇਬੰਦੀਆਂ ਖਤਮ ਹੋ ਗਈਆਂ ਤੁਹਾਡੇ ਤੇ ਛਿੱਤਰ ਫੇਰਨੇ ਤੁਹਾਡੇ ਤੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜਥੇਬੰਦਕ ਰੂਪ ਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋ ਜਾਓ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਚ ਮੰਚ ਬਣਾ ਕੇ ਬੰਦੇ ਖੜੇ ਕਰਾਂਗੇ MP ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀ ਧਿਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਧਾਨੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰੁਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਿਆਂ ਨਾਲ ਮਰ ਰਹੀ ਜਵਾਨੀ ਦੀ ਗੱਲ ਕਰੇ ਤਾਂ ਉਸ ਸਮੇਂ ਉਹ ਇਸ ਲਈ ਚਾਹੁੰਦੇ ਆ ਕਿ ਸਾਡੇ ਉਹ ਪੰਜਾਬ ਦੇ ਵਿੱਚ ਧਿਰ ਬਣਨੀ ਚਾਹੀਦੀ ਹੈ ਬਣਾਵਾਂਗੇ ਵਾਅਦਾ ਰਿਹਾ ਉਹ ਪਰਮਾਤਮਾ ਦੇ ਅੱਗੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਅਖੀਰਲੇ ਸਾਹ ਤੱਕ ਖੜਾਂਗੇ ਬਾਈ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਕੇ ਦੇਖ ਲਿਓ ਧੰਨਵਾਦ ਅਗਲੀ ਤੁਹਾਨੂੰ 5 ਤੋਂ ਪਹਿਲਾਂ ਦੱਸ ਦਿਆਂਗੇ ਕਿ ਕਿੱਥੇ ਇਕੱਠੇ ਹੋਣਾ ਤੇ ਕੀ ਅਗਲੀ ਆਪਣੀ ਰਣਨੀਤੀ ਹੈ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ।